ਕਰਤ ਕਰਤ ਨੇਤ ਨੇਤ ਕਰ ਪੂਰਨ ਪ੍ਰੇਮ ਗੁਰ ਸਿੱਖਣ ਲਖਾਇਆ ਨਿਗਮ ਸਕਾਜਤ ਕਰਤ ਨੇਤ ਨੇਤ ਕਰ ਪੂਰਨ ਪ੍ਰੇਮ ਗੁਰ ਸਿੱਖਣ ਲਖਾਇਆ ਜਦੋਂ ਸੜ ਉੱਠੇ ਨਿੰਦਿਆ ਚੁਗਲੀ ਈਰਖਾ ਵਕੀਲੀ ਦੇ ਭਾਂਬੜ ਮੱਚ ਉੱਠੇ ਧਰਤੀ ਨੇ ਪੁਕਾਰ ਕੀਤੀ ਨਿਰੰਕਾਰ ਮੈਂ ਗਰਕ ਚੱਲੀ ਮੇਰੀ ਰੱਖਿਆ ਦਾ ਕੋਈ ਪ੍ਰਬੰਧ ਕਰੋ ਆਵਾਜ਼ ਆਈ ਧਰਤੀ ਅੱਗੇ ਵੀ ਜਦੋਂ ਜਦੋਂ ਤੇਰੇ ਉੱਤੇ ਪਾਪੀ ਬੰਦਿਆਂ ਨੇ ਪਾਪਾਂ ਦਾ ਵਿਥਾਰ ਕੀਤਾ ਮੈਂ ਕੋਈ ਨਾ ਕੋਈ ਸਮਰੱਥਾ ਵਾਲਾ ਪੁਰਖ ਆਗਿਆ ਦੇ ਕੇ ਭੇਜਿਆ ਜਿਸਨੇ ਪਾਪ ਨਿਵਰਤ ਕੀਤੇ
ਫਿਰ ਤੋਂ ਸੁੱਖ ਨਾਲ ਰਹੀ। ਹੁਣ ਵੀ ਕੋਈ ਮਹਾਂਪੁਰਖ ਕੋਈ ਸਾਜਿਆ ਨਿਵਾਜਿਆ ਕੋਈ ਸਮਰਥਾਵਾਨ ਭੇਜਦਾ ਜੋ ਤੇਰੇ ਦੁੱਖ ਦੂਰ ਕਰੇਗਾ। ਦਰਦੀ ਨੇ ਆਖਿਆ ਨਹੀਂ ਗਰੀਬ ਨਿਵਾਜ, ਹੁਣ ਕੋਈ ਭੇਜਿਆ ਹੋਇਆ ਕਾਰਜ ਨਾ ਸਾਰ ਸਕੇਗਾ। ਪਾਪ ਇਤਨੇ ਵੱਧ ਚੁੱਕੇ ਹਨ, ਅੱਗੇ ਕੋਈ ਇੱਕ ਪਾਪੀ ਹੁੰਦਾ ਸੀ ਰਾਵਣ ਵਰਗਾ, ਰਾਮ ਜੀ ਆਏ ਮਾਰ ਗਏ। ਕੰਸ ਪਾਪੀ ਹੋਇਆ ਤਾਂ ਕ੍ਰਿਸ਼ਨ ਜੀ ਆਏ, ਹੁਣ ਤਾਂ ਕਈ ਕੰਸ ਤੇ ਕਈ ਰਾਵਣ ਹਨ। ਇਸ ਵਾਸਤੇ ਨਿਰੰਕਾਰ ਤੂੰ ਆਪ ਕਿਰਪਾ ਕਰ। ਹਾਹਾਕਾਰ ਮਚ ਰਹੀ ਹੈ, ਰਾਜੇ ਕਸਾਈ ਹੋ ਗਏ ਹਨ, ਵਾੜਾਂ ਖੇਤਾਂ ਨੂੰ ਖਾਣ ਲੱਗ ਗਈਆਂ ਹਨ, ਸੂਰਜ ਚੰਦਰਮਾ ਅੰਧੇਰ ਹੋ ਗਏ ਹਨ, ਹੱਤ ਪਸਾਰਿਆ ਸੁਝਦਾ ਨਹੀਂ, ਪਾਪਾਂ ਦੀ ਕਾਲੀ ਬੋਲੀ ਮਸਿਆ ਦੀ ਰਾਤ ਚੰਮੀ ਪਾਸੀ ਪਸਰ ਗਈ ਹੈ। ਧਰਤੀ ਦੀ ਪੁਕਾਰ ਸੁਣ ਕੇ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਵਿਚ ਆਏ। ਧਿਆਨ ਦਾ ਡਿੱਠਾ ਕਿਹੜਾ ਵੱਡਾ ਪਾਪੀ ਕਿੱਥੇ ਬੈਠਾ, ਪੁੰਨਿਆਂ ਦੀਆਂ ਕਾਲਾਂ ਥਾਂ ਪਾਉਣੀਆਂ ਹਨ, ਪਾਪੀਆਂ ਨੂੰ ਸਿੱਧੇ ਰਸਤੇ ਲਾਉਣਾ। ਪਿਛਲੇ ਸਮੇਂ ਦੇ ਅਵਤਾਰ ਆਏ, ਉਨ੍ਹਾਂ ਨੇ ਪਾਪੀਆਂ ਨੂੰ ਮਾਰਿਆ, ਮਾਰ ਕੇ ਭਾਵੇਂ ਤਾਰਿਆ ਪਰ ਜਿਉਂਦੇ ਜੀ ਨਹੀਂ ਉਭਾਰਿਆ। ਰਾਵਣ ਨੂੰ ਮਾਰਿਆ ਰਾਮ ਜੀ ਨੇ, ਕੰਸ ਨੂੰ ਮਾਰਿਆ ਕ੍ਰਿਸ਼ਨ ਜੀ ਨੇ। ਗੁਰੂ ਨਾਨਕ ਨੇ ਆਖਿਆ ਮਾਰਨਾ ਵੀ ਨਹੀਂ ਆਪਣੇ ਹਨ, ਬੇਗਾਨੇ ਹੋਵਣ ਤਾਂ ਮਾਰੀਏ, ਆਪਣਾ ਪੁੱਤਰ ਜੇ ਨਲਾਇਕ ਹੋ ਜਾਏ ਉਹਨੂੰ ਸਮਝਾਈਏ ਕਿ ਮਾਰੀਏ, ਜਾਨੋ ਮਾਰ ਦੇਈਏ। ਮਰ ਗਿਆ ਸੰਸਕਾਰ ਨਾਲ ਲੈ ਗਿਆ, ਫਿਰ ਜੰਮੇਗਾ ਫਿਰ ਪਾਪ ਕਰੇਗਾ, ਇਸਦੀ ਜ਼ਿੰਦਗੀ ਦਾ ਕਾਂਟਾ ਬਦਲ ਦਿੱਤਾ ਜਾਏ। ਜਿਤਨੇ ਬਲ ਨਾਲ ਇਹ ਪਾਪ ਕਰ ਰਿਹਾ ਓਡੇ ਹੀ ਬਲ ਨਾਲ ਫਿਰ ਇਹ ਪੁੰਨ ਕਮਾਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਬਾਬਾ ਦੇਖੇ ਧਿਆਨ ਹਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ, ਗੁਰੂ ਕੋਈ ਨੀ, ਮਤ ਦੇਣ ਵਾਲਾ ਕੋਈ ਨੀ। ਜੇ ਕੋਈ ਮਤ ਦਿੰਦਾ ਹੈ ਅੰਦਰੋਂ ਮੰਗਤਾ ਹੈ, ਕੋਈ ਨਾ ਕੋਈ ਇੱਛਾ ਲਈ ਬੈਠਾ ਹੈ। ਮਤ ਦੇਣ ਵਾਲਾ ਕੋਈ ਨੀ, ਮਤ ਦੇਵੇ ਕੌਣ, ਤੇ ਮਤ ਬਿਨਾਂ ਇਸ ਮਤ ਨੂੰ ਸੁਮਤ ਨਹੀਂ ਆਉਂਦੀ। ਮਨ ਉੱਚਾ ਹੋ ਜਾਂਦਾ ਹੈ ਮਤ ਨੀਵੀਂ ਰਹਿ ਜਾਂਦੀ ਹੈ, ਕੋਈ ਮਤ ਨੂੰ ਉੱਚਾ ਕਰਕੇ ਮਤ ਦਾ ਰੱਖਾ ਹੋਣ ਵਾਲਾ ਨਹੀਂ। ਇਸ ਵਾਸਤੇ ਦੁਨੀਆ ਕੁਰਾਹੇ ਪੈ ਗਈ, ਹਰ ਪਾਸੇ ਪਾਖੰਡ ਦਾ ਰਾਜ ਹੋ ਗਿਆ। ਆਖਿਆ ਜਰਾ ਵੇਖੀਏ ਤਾਂ ਸਹੀ, ਚੱਲ ਮਰਦਾਨਿਆਂ ਤੀਰਥਾਂ ਤੇ ਚੱਲੀਏ, ਮਤ ਕੋਈ ਪੁੰਨੀ ਲੋਕ ਪੁੰਨ ਆਤਮਾ ਤੀਰਥਾਂ ਤੇ ਬੈਠਾ ਹੋਵੇ, ਉਸ ਨੂੰ ਜਾ ਕੇ ਹਲੂਣੀਏ ਜਗਾਈਏ, ਆਖੀਏ ਜਿੱਥੇ ਬੈਠਾ ਹੈ ਉਹਦੇ ਚਾਰ ਚੁਫੇਰੇ ਤਾਂ ਵੇਖ, ਹੱਡੀਆਂ ਦੇ ਢੇਰ ਲੱਗੇ ਪਏ ਨੇ, ਮਾਸੂਮ ਕੁਰਲਾ ਰਹੇ ਹਨ, ਗਰੀਬਾਂ ਦੀ ਹਾਹਾਕਾਰ ਧਰਤੀ ਤੋਂ ਉੱਠ ਕੇ ਆਕਾਸ਼ ਤੱਕ ਜਾ ਪਹੁੰਚੀ ਹੈ, ਤੂੰ ਸਮਾਧੀ ਲਾਈ ਬੈਠਾ। ਤਾਂ ਭਾਈ ਸਾਹਿਬ ਅੱਜ ਦਿਨ ਬਾਬਾ ਆਇਆ ਤੀਰਥੀ, ਬਾਬਾ ਆਇਆ ਤੀਰਥੀ, ਤੀਰਥ ਪੁਰਬ ਸਭੇ ਕਰ ਦਿੱਤੇ, ਪੁਰਬ ਧਰਮ ਬਹੁ ਕਰਮ ਕਰ, ਪਾਉ ਭਗਤ ਬਿਨ ਕਿਤੇ ਨ ਦੇਖੇ, ਪਾਉ ਨ ਗੁੰਮੇ ਲਿਖਿਆ, ਚਾਰੋ ਵੇਦ ਸਿਮਰਤ ਪੜ ਦੇਖੇ, ਤੂੰ ਦੀ ਸਗੜੀ ਪਿਥਵੀ ਸਤਜੁਗ ਆਦ ਦੁਆਪੁਰ ਤੇ,
ਕਲ ਯੁਗ ਤੂੰ ਦੂਕਾਰ ਹੈ ਪਰਮ ਪੁਲਾਈ ਪਉ ਵਿਦ ਬੇਟੇ ਪ੍ਰਭੂ ਨ ਪਾਇਆ ਪ੍ਰਭੂ ਨ ਪਾਇਆ ਆਪ ਗਵਾਏ ਰੂਪ ਨਰੇ ਗੁਰਮੁਖ ਵਰਣ ਅਵਰਣ ਹੋਏ ਨਿਵ ਚੱਲੇ ਗੁਰ ਸਿੱਖ ਵਿਸੇ ਗੁਰੂ ਨਾਨਕ ਆਇਆ ਕਲ ਤਰਨ ਗੁਰੂ ਨਾਨਕ ਆਇਆ ਕਲ ਤਰਨ ਗੁਰੂ ਨਾਨਕ ਆਇਆ ਕਲ ਤਰਨ ਗੁਰੂ ਨਾਨਕ